ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਤੇਜਾ ਤਲਵੰਡੀ ਪਿਛਲੇ ਦਿਨੀ ਆਪਾਂ ਸਾਰਿਆਂ ਨੇ ਇੱਕ ਗੀਤਕਾਰ ਦੀ ਮੁਲਾਕਾਤ ਵੇਖੀ ਜਿਸ ਦੇ ਵਿੱਚ ਉਸਨੇ ਪੰਜਾਬੀ ਲੋਕ ਗਾਇਕ ਹਟ ਗਾਇਕ ਜੋੜੀ ਅਮਰ ਸਿੰਘ ਚਮਕੀਲੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਬਹੁਤ ਘਟੀਆ ਸ਼ਬਦ ਉਸਨੇ ਵਰਤੇ ਉਸ ਨੂੰ ਹੰਕਾਰੀ ਦੱਸਿਆ ਪਹਿਲੀ ਤਾਂ ਗੱਲ ਵੀ ਇੱਕ ਗੀਤਕਾਰ ਦੇ ਮੂੰਹੋਂ ਇਹ ਗੱਲਾਂ ਜੱਚਦੀਆਂ ਹੀ ਨਹੀਂ ਕਿਉਂਕਿ ਗੀਤਕਾਰ ਬਹੁਤ ਸੂਝਵਾਨ ਹੁੰਦਾ ਉਹਨੂੰ ਸਮਾਜ ਬਾਰੇ ਪਤਾ ਹੁੰਦਾ ਕਿਵੇਂ ਚੱਲਣਾ ਕਿਵੇਂ ਬੋਲਣਾ ਹੁੰਦਾ ਇਸ ਗੀਤਕਾਰ ਨੇ ਬਹੁਤ ਹੀ ਗਲਤ ਬਿਆਨਬਾਜ਼ੀ ਕੀਤੀ ਆ ਔਰ ਉਸ ਜੋੜੀ ਨੂੰ ਭੰਡਿਆ ਜਿਸ ਨੇ ਪੈਸੇ-ਪਿਸੇ ਨਹੀਂ ਸਿਰਫ ਪਿਆਰ ਨਾਲ ਗਾਇਆ ਇਸ ਗੀਤਕਾਰ ਨੇ ਦੋਗਲੀ ਨੀਤੀ ਅਪਣਾਈ ਆ ਇੱਕ ਪਾਸੇ ਉਹਦੀ ਨਿੰਦਿਆ ਕੀਤੀ ਆ ਦੂਸਰੇ ਪਾਸੇ ਇਹ ਵੀ ਬੋਲ ਰਿਹਾ ਵੀ ਅਸੀਂ ਇਕੱਠੇ ਬੈਠ ਕੇ ਖਾਂਦੇ ਪੀਂਦੇ ਹੁੰਦੇ ਸੀ ਕਿਹੋ ਜਿਹੇ ਲੱਖ ਲਾਣਤਾ ਇਹੋ ਜਿਹੇ ਲੋਕਾਂ ਦੇ ਜਦੋਂ ਆਪਾਂ ਕਿਸੇ ਦੇ ਨਾਲ ਬੈਠ ਕੇ ਠਾਹ ਪੀ ਲਈਏ ਆਪਣਾ ਪਿਆਰ ਪੈ ਜਾਂਦਾ ਉਹ ਦੁਨੀਆ ਤੋਂ ਤੁਰ ਜਵੇ ਫਿਰ ਉਸ ਦੀ ਨਿੰਦਿਆ ਕਰੀਏ ਅਸੀਂ ਕਿੰਨੇ ਕਿ ਸਿਆਣੇ ਹੋ ਸਕਦੇ ਆ ਜਿਉਂਦੇ ਚਮਕੀਲੇ ਪ੍ਰਤੀ ਇਹਨਾਂ ਲੋਕਾਂ ਦੀ ਕੀ ਸੋਚ ਸੀ ਅੱਜ ਇਹਨਾਂ ਨੇ ਮੂੰਹ ਵਿੱਚੋਂ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤੀ ਆ ਉਸ ਦੀਆਂ ਆਪਾਂ ਸਾਰੀਆਂ ਨਿ ਸਟੇਜਾਂ ਦੇਖੀਆਂ ਕਿਤੇ ਵੀ ਉਸ ਨੇ ਉੱਚਾ ਨਹੀਂ ਬੋਲਿਆ ਸਿਰਫ ਬਾਈ ਜੀ ਵੀਰ ਜੀ ਵੀਰੇ ਕਰਦਾ ਰਿਹਾ ਜੇ ਕਿਤੇ ਗਲਤੀ ਹੋ ਵੀ ਆ ਤਾਂ ਮਾਫੀਆਂ ਵੀ ਮੰਗਦਾ ਰਿਹਾ ਕਦੇ ਵੀ ਉਹ ਉੱਚਾ ਨਹੀਂ ਬੋਲਿਆ ਚਮਕੀਲਾ ਤੇ ਇੱਕ ਨਿਮਰਤਾ ਵਾਲਾ ਬੰਦਾ ਸੀ ਉਸਦੇ ਬੰਦੇ ਅੱਜ ਵੀ ਜਿਉਂਦੇ ਜਾਗਦੇ ਆ ਕਿਸੇ ਨੇ ਵੀ ਉਸ ਦੀ ਨਿੰਦਿਆ ਨਹੀਂ ਕੀਤੀ ਜਿਹੜੀ ਬੀਬੀ ਇਹਦੀ ਇੰਟਰਵਿਊ ਲੈ ਰਹੀ ਸੀ ਇਹਨੇ ਉਹਦੇ ਸਾਹਮਣੇ ਗੀਤਾਂ ਦੇ ਉਹ ਬੋਲ ਬੋਲੇ ਆ ਜਿਹੜੇ ਬੋਲ ਸੁਣ ਕੇ ਉਹ ਬੀਬੀ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਆ ਫਿਰ ਅਸੀਂ ਇਹਨੂੰ ਕਿੰਨਾ ਕਿ ਸਿਆਣਾ ਸਮਝਦੇ ਆ ਇਸ ਬੰਦੇ ਨੇ ਉਸਦੇ ਬੱਚਿਆਂ ਦਾ ਉਸਦੇ ਪਰਿਵਾਰ ਦਾ ਤੇ ਲੱਖਾਂ ਚਾਹਣ ਵਾਲਿਆਂ ਦਾ ਦਿਲ ਦੁਖੀ ਕੀਤਾ ਦੋਸਤੋ ਸਾਡੀ ਪੋਸਟ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨਾ